ਗੱਲਬਾਤ ਫੂਕੋ ਚੱਕ ਮੇਲੇ 'ਚ ਲੜਾਈ ਹੋਈ ਸੀ, ਉਦੋਂ ਵੀ ਇਹਦਾ ਸਿਰ ਸੁਰ ਪਾੜਿਆ ਸੀਗਾ, ਅਸੀਂ ਕੁਛ ਨਹੀਂ ਕੀਤਾ, ਹਸਪਤਾਲ ਦਾਖਲ ਕਰਾ ਆ ਗਿਆ, ਆਹ ਕੱਲ 11 ਵਜੇ ਘਰੋਂ ਗਿਆ ਵਾ। ਮੇਰਾ ਪਿੰਡ ਲੱਖੋਵਾਲ, ਨਾਮ ਮੇਰੇ ਵਾਰਸ ਸੀ। ਗੱਲਬਾਤ ਫੂਕੋ ਚੱਕ ਮੇਲੇ 'ਚ ਲੜਾਈ ਹੋਈ ਸੀ, ਉਦੋਂ ਵੀ ਇਹਦਾ ਸਿਰ ਸੁਰ ਪਾੜਿਆ ਸੀਗਾ, ਅਸੀਂ ਕੁਛ ਨਹੀਂ ਕੀਤਾ, ਹਸਪਤਾਲ ਦਾਖਲ ਕਰਾ ਆ ਗਿਆ, ਆਹ ਕੱਲ 11 ਵਜੇ ਘਰੋਂ ਗਿਆ ਵਾ। ਹਾਂਜੀ, ਇਹਦਾ ਨਾਂ ਅਸਲ ਨਾਂ ਰਾਣਾ ਵਾ, ਉਹਦਾ ਬਹੁਤੇ ਧੋਨੀ ਕਹਿੰਦੇ ਆ। ਗੱਲਬਾਤ ਕਾਹਦੀ ਹੋਣੀ ਆ, ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ। ਕੱਲ 11 ਵਜੇ ਗਿਆ ਵਾ ਘਰੋਂ, ਕਹਿੰਦਾ ਮੈਂ ਦਾੜੀ ਕਰਾ ਵਾ। ਨਹੀਂ ਪਹੁੰਚਿਆ, ਫੋਨ ਵੀ ਬੰਦ ਆਉਂਦਾ ਰਿਹਾ ਵਾ। ਸ਼ੱਕ ਕਾਤੇ ਉਹ ਲੜਿਆ ਦਾ, ਹੋਰ ਕਾਹਦਾ ਸ਼ੱਕ ਆ। ਕੀ ਚਾਹੁੰਦੇ ਪੁਲਿਸ? ਇਹਨਾਂ ਆਪਣੀ ਕਾਰਵਾਈ ਹੁਣ ਕਰਨ ਸਾਰੀ। ਹਾਂਜੀ, ਇਹ ਜੀ ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈਡ ਬੋਡੀ ਪਈ ਆ, ਤੇ ਅਸੀਂ ਮੌਕੇ ਤੇ ਆਏ ਆ। ਇਹਦੀ ਸ਼ਨਾਖਤ ਹੋਈ ਆ ਰਾਣਾ, ਪੁੱਤਰ ਵਾਰਸਮ ਸੀ, ਪਿੰਡ ਲੱਖੋਵਾਲ। ਤੇ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹੌਸਪੀਟਲ, ਉੱਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊ। ਗੱਲਬਾਤ ਫੂਕੋ ਚੱਕ ਮੇਲੇ 'ਚ ਲੜਾਈ ਹੋਈ ਸੀ, ਉਦੋਂ ਵੀ ਇਹਦਾ ਸਿਰ ਸੁਰ ਪਾੜਿਆ ਸੀਗਾ, ਅਸੀਂ ਕੁਛ ਨੀ ਕੀਤਾ, ਹਸਪਤਾਲ ਦਾਖਲ ਕਰਾ ਆ ਗਿਆ, ਆਹ ਕੱਲ 11 ਵਜੇ ਘਰੋਂ ਗਿਆ ਵਾ। ਮੇਰਾ ਪਿੰਡ ਲੱਖੋਵਾਲ, ਨਾਮ ਮੇਰੇ ਵਾਰਸ ਸੀ। ਗੱਲਬਾਤ ਫੂਕੋ ਚੱਕ ਮੇਲੇ 'ਚ ਲੜਾਈ ਹੋਈ ਸੀ, ਉਦੋਂ ਵੀ ਇਹਦਾ ਸਿਰ ਸੁਰ ਪਾੜਿਆ ਸੀਗਾ, ਅਸੀਂ ਕੁਛ ਨੀ ਕੀਤਾ, ਹਸਪਤਾਲ ਦਾਖਲ ਕਰਾ ਆ ਗਿਆ, ਆਹ ਕੱਲ 11 ਵਜੇ ਘਰੋਂ ਗਿਆ ਵਾ। ਹਾਂਜੀ, ਇਹਦਾ ਨਾਂ ਅਸਲ ਨਾਂ ਰਾਣਾ ਵਾ, ਉਹਦਾ ਬਹੁਤੇ ਧੋਨੀ ਕਹਿੰਦੇ ਆ। ਗੱਲਬਾਤ ਕਾਹਦੀ ਹੋਣੀ ਆ, ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ। ਕੱਲ 11 ਵਜੇ ਗਿਆ ਵਾ ਘਰੋਂ, ਕਹਿੰਦਾ ਮੈਂ ਦਾੜੀ ਕਰਾ ਵਾ। ਨਹੀਂ ਪਹੁੰਚਿਆ, ਫੋਨ ਵੀ ਬੰਦ ਆਉਂਦਾ ਰਿਹਾ ਵਾ। ਸ਼ੱਕ ਕਾਤੇ ਉਹ ਲੜਿਆ ਦਾ, ਹੋਰ ਕਾਹਦਾ ਸ਼ੱਕ ਆ। ਕੀ ਚਾਹੁੰਦੇ ਪੁਲਿਸ? ਇਹਨਾਂ ਆਪਣੀ ਕਾਰਵਾਈ ਹੁਣ ਕਰਨ ਸਾਰੀ। ਹਾਂਜੀ, ਇਹ ਜੀ ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈਡ ਬੋਡੀ ਪਈ ਆ, ਤੇ ਅਸੀਂ ਮੌਕੇ ਤੇ ਆਏ ਆ। ਇਹਦੀ ਸ਼ਨਾਖਤ ਹੋਈ ਆ ਰਾਣਾ, ਪੁੱਤਰ ਵਾਰਸਮ ਸੀ, ਪਿੰਡ ਲੱਖੋਵਾਲ। ਤੇ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹੌਸਪੀਟਲ, ਉੱਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊ।